ਹੈ ਮਨੀਤਾ ਸੋਮ ਪ੍ਰਕਾਸ਼ ਜੀ ਆਏ ਉਹਨਾਂ ਦਾ ਇੱਥੇ ਪਹੁੰਚੇ ਧੰਨਵਾਦ ਕਰਦੇ ਹਾਂ ਨਾਲ ਹੀ ਅਵਤਾਰ ਸਿੰਘ ਮਾਨਸੀ ਨੈਸ਼ਨਲ ਸੈਕਟਰੀ ਬੀਜੇਪੀ ਉਹਨਾਂ ਦਾ ਵੀ ਅਸੀਂ ਵੈਲਕਮ ਕਰਦੇ ਹਾਂ ਧੰਨਵਾਦ ਕਰਦੇ ਹਾਂ ਮੈਂ ਜਿਵੇਂ ਕਿ ਪਹਿਲਾਂ ਦੱਸ ਰਿਹਾ ਸੀ ਅੱਜ ਦਾ ਜੋ ਵਿਸ਼ੇਸ਼ ਸਮਾਗਮ ਹੈ ਸਰਬ ਨੌਜਵਾਨ ਸਾਹਿਬ ਰਜਿਸਟਰ ਅਤੇ ਸੋਸਪਾ ਦੇ ਵੱਲੋਂ ਕਰਵਾਇਆ ਜਾ ਰਿਹਾ ਹੈ ਅੱਜ ਦੇ ਇਸ ਸਮਾਗਮ ਦੇ ਵਿੱਚ ਜੋ ਸਾਡੇ ਸੈਂਟਰ ਵੱਲੋਂ ਜੋ ਸੈਂਟਰ ਸਾਡੇ ਚਲਾ ਰਿਹਾ ਹੈ ਉਸ ਵਿੱਚੋਂ ਸਰਦਾਰ ਸੁਖਵਿੰਦਰ ਸਿੰਘ ਜੀ ਸਮੁੱਚੀ ਨੌਜਵਾਨ ਸਭਾ ਦੇ ਵਰਕਰ ਅਤੇ ਮੈਡਮ ਦੇ ਨਾਲ ਆਏ ਬਹੁਤ ਹੀ ਸਤਿਕਾਰਯੋਗ ਪ੍ਰਧਾਨਗੀ ਮੰਡਲ ਵਿੱਚ ਬਿਰਾਜਮਾਨ ਦੇ ਸਾਥੀ ਪਿਆਰੇ ਵਿਦਿਆਰਥੀਓ ਸਭ ਤੋਂ ਪਹਿਲਾਂ ਤਾਂ ਮੈਨੂੰ ਬੜੀ ਖੁਸ਼ੀ ਆ ਕਿ ਮੈਨੂੰ ਪ੍ਰਧਾਨ ਜੀ ਨੇ ਇੱਥੇ ਆਉਣ ਦਾ ਮੌਕਾ ਬਖਸ਼ਿਆ ਅਤੇ ਮੈਡਮ ਦੇ ਦਰਸ਼ਨ ਅੱਜ ਕਾਫੀ ਦਿਨਾਂ ਬਾਅਦ ਮੈਨੂੰ ਕੁਝ ਯਾਦ ਆ ਰਹੀ ਹੈ ਪਿਆਰੇ ਵਿਦਿਆਰਥੀਓ ਉਹ ਮੈਂ ਦੱਸਣ ਜਾ ਰਿਹਾ 2016 ਜਦੋਂ ਮੇਰੀ ਪ੍ਰਮੋਸ਼ਨ ਹੋਈ ਅਤੇ ਮੈਂ ਗੌਰਮੈਂਟ ਹਾਈ ਸਕੂਲ ਖਜੂਰਲਾ ਜੁਆਇਨ ਕੀਤਾ ਅੱਜ ਸਰਬ ਨੌਜਵਾਨ ਸਭਾ ਵੱਲੋਂ ਸੋਸ਼ਾ ਵੱਲੋਂ ਚਲਾਏ ਗਏ ਸੈਂਟਰ ਲਾਇਆ ਬੱਚਿਆਂ ਨੂੰ ਸਿਲਾਈ ਮਸ਼ੀਨਾਂ ਦਿੱਤੀਆਂ ਗਈਆਂ ਉਹਨਾਂ ਦਾ ਕੋਰਸ ਪੂਰਾ ਹੋਇਆ ਅੱਜ ਸਰਟੀਫਿਕੇਟ ਦਿੱਤੇ ਗਏ ਸਰਬ ਨੌਜਵਾਨ ਸਭਾ ਸਮਾਜ ਲਈ ਬਹੁਤ ਅੱਛੇ ਕੰਮ ਕਰ ਰਹੀ ਹੈ ਪਰਮਾਤਮਾ ਇਹਨਾਂ ਨੂੰ ਹੋਰ ਆਸ਼ੀਰਵਾਦ ਦੇ ਤਾਂ ਕਿ ਸਮਾਜ ਦੇ ਹੋਰ ਅੱਛੇ ਕੰਮ ਕਰ ਸਕਣ ਔਰ ਜਿਹੜੀਆਂ ਬੱਚੀਆਂ ਅੱਜ ਕੰਮ ਸਿੱਖ ਕੇ ਜਾ ਰਹੀਆਂ ਪਰਮਾਤਮਾ ਉਹਨਾਂ ਨੂੰ ਕਾਮਯਾਬੀ ਬਖਸ਼ੇ ਇਹੀ ਅਰਦਾਸ ਹੈ ਮੇਰੀ ਪਰਮਾਤਮਾ ਅੱਗੇ ਕਿ ਉਹ ਆਪਣੀ ਜ਼ਿੰਦਗੀ 'ਚ ਕਾਮਯਾਬ ਹੋਣ ਔਰ ਸਰਬ ਨੌਜਵਾਨ ਸਭਾ ਹੋਰ ਅੱਛੇ ਕੰਮ ਕਰੇ ਧੰਨਵਾਦ ਅੱਜ ਸਰਬ ਨੌਜਵਾਨ ਸਭਾ ਵੱਲੋਂ 3 ਨੰਬਰ ਸਕੀਮ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਅੰਦਰ ਇੱਕ ਪ੍ਰੋਗਰਾਮ ਲਿਖਿਆ ਗਿਆ ਜਿਨ੍ਹਾਂ ਦੇ ਵਿੱਚ ਇਹਨਾਂ ਨੇ ਜਿਹੜੀਆਂ ਬੱਚੀਆਂ ਨੂੰ ਟ੍ਰੇਨਿੰਗ ਦਿੱਤੀ ਆ ਉਹਨਾਂ ਨੂੰ ਸਰਟੀਫਿਕੇਟ ਵੰਡੇ ਗਏ ਆ ਔਰ ਜਿਹਦੇ ਵਿੱਚ ਇਹਨਾਂ ਨੂੰ ਮਸ਼ੀਨਾਂ ਵੀ ਦਿੱਤੀਆਂ ਗਈਆਂ ਔਰ ਉਹ ਜੋ ਆਪਣੇ ਉਹਨਾਂ ਨੂੰ ਉਜਵਲ ਭਵਿੱਖ ਕਰਨ ਵਾਸਤੇ ਇਹ ਸਾਰੀ ਸਹਿਯੋਗ ਕੀਤਾ ਗਿਆ ਜਿਹਦੇ ਵਿੱਚ ਵਿਸ਼ੇਸ਼ ਤੌਰ 'ਤੇ ਮੈਡਮ ਗੀਤਾ ਸਿੰਘ ਪ੍ਰਕਾਸ਼ ਜੀ ਪਹੁੰਚੇ ਆ ਉਹਨਾਂ ਨੇ ਵੀ ਇਹਨਾਂ ਬੱਚਿਆਂ ਨੂੰ ਸਹਿਯੋਗ ਕਰਨ ਦਾ ਵਾਅਦਾ ਕੀਤਾ ਔਰ ਅੱਜ ਮੈਂ ਇਸ ਮੌਕੇ ਦੇ ਉੱਤੇ ਇਹ ਸਭਾ ਨੂੰ ਵਧਾਈ ਦਿੰਦਾ ਔਰ ਬੱਚਿਆਂ ਪ੍ਰਤੀ ਅਰਦਾਸ ਵੀ ਕਰਦਾ ਕਿ ਉਹਨਾਂ ਦਾ ਭਵਿੱਖ ਵੀ ਜਿਹੜਾ ਪਰਮਾਤਮਾ ਸਾਹਿਬ ਦਾ ਉਜਵਲ ਕਰੇ ਉਹਨੇ ਸ਼ਬਦਾਂ ਨਾਲ ਸਰਵ ਕਰਵਾ ਅੱਜ ਬੱਚੀਆਂ ਨੇ ਸੋਸਵਾ ਦੇ ਸਰਵ ਨੌਜਵਾਨ ਸਭਾ ਦੇ ਸਹਿਯੋਗ ਦੇ ਨਾਲ 6 ਮਹੀਨੇ ਦਾ ਸਿਲਾਈ ਦਾ ਕੋਰਸ ਪੂਰਾ ਕੀਤਾ ਹੈ ਇਹ ਜਿਹੜਾ ਸੰਸਥਾ ਹੈ 33 ਸਾਲ ਤੋਂ ਇਹ ਚੱਲ ਰਹੀ ਹੈ ਔਰ ਹਰ 6 ਮਹੀਨੇ ਦੇ ਕੋਰਸ ਦੇ ਬਾਅਦ ਨਵੀਂ ਬੱਚੀਆਂ ਆਉਂਦੀਆਂ ਔਰ ਕੰਪਿਊਟਰ ਦਾ ਸਿਲਾਈ ਮਸ਼ੀਨ ਦਾ ਹੋਰ ਵੀ ਕਿਤੇ ਜਿਹੜੇ ਕੋਰਸ ਦਾ ਪੂਰੇ ਕਰਾਉਂਦੀ ਹੈ ਸੋ ਅੱਜ ਬੱਚੀਆਂ ਨੂੰ ਵਧਾਈ ਦੀ ਪਾਤਰਾਂ ਬੱਚੀਆਂ ਜਿਨ੍ਹਾਂ ਨੇ ਆਪਣਾ ਕੋਰਸ 6 ਮਹੀਨੇ ਦਾ ਪੂਰਾ ਕੀਤਾ ਹੈ ਉਹਨਾਂ ਨੂੰ ਸਰਟੀਫਿਕੇਟ ਦੇਣੇ ਆ ਉਹਨਾਂ ਨੂੰ ਆਪਣਾ ਰੋਜ਼ਗਾਰ ਚਲਾਉਣ ਦੇ ਲਈ ਸੰਸਥਾ ਕਿੰਨਾ ਉਹਦੀ ਉਪਰਾਲਾ ਕਰ ਰਹੀ ਹੈ ਉਹਨਾਂ ਨੂੰ ਨਾਲ ਮਸ਼ੀਨਾਂ ਵੀ ਦੇ ਰਹੀ ਹੈ ਸਾਡੇ ਵਿੱਚ ਸਾਡੇ ਸ਼ਹਿਰ ਦੇ ਬੜੇ ਅੱਛੇ ਸਮਾਜ ਸੇਵਕਾਂ ਜੋ ਕਿ ਫਵਾੜੇ ਸ਼ਹਿਰ ਦੇ ਲਈ ਬਹੁਤ ਕੁਛ ਕਰਦੇ ਨੇ ਸੋਮ ਪ੍ਰਕਾਸ਼ ਜੀ ਦੀ ਧਰਮ ਪਤਨੀ ਅਨੀਤਾ ਸੋਮ ਪ੍ਰਕਾਸ਼ ਜੀ ਮੰਡ ਸਾਹਿਬ ਉਹਨਾਂ ਦੇ ਨਾਲ ਉਹਨਾਂ ਦੇ ਸਹਿਯੋਗੀ ਔਰ ਸਾਰੇ ਜਿਹੜੇ ਆਏ ਆ ਉਹਨਾਂ ਦਾ ਮੈਂ ਵੈਲਕਮ ਕਰਦਾ ਉਹਨਾਂ ਬੱਚਿਆਂ ਨੂੰ ਇਹ ਕਹਿਣਾ ਜ਼ਰੂਰ ਕਿ ਬੱਚਿਓ ਤੁਸੀਂ ਇਹ ਕੋਰਸ ਪੂਰਾ ਕੀਤਾ ਆ ਅਤੇ ਜਿਹੜਾ ਕੋਰਸ ਪੂਰਾ ਕੀਤਾ ਆ ਹੁਣ ਤੁਹਾਨੂੰ ਨਾਲ ਦੇ ਨਾਲ ਸਿਲਾਈ ਮਸ਼ੀਨ ਵੀ ਦਿੱਤੀ ਆ ਸੋ ਤੁਸੀਂ ਆਪਣਾ ਰੋਜ਼ਗਾਰ ਇਹ ਜਿਹੜਾ ਹੈਗਾ ਇੱਥੋਂ ਸ਼ੁਰੂ ਕਰ ਸਕਦੇ ਹੋ ਔਰ ਤੁਸੀਂ ਇਹ ਵੀ ਖਿਆਲ ਰੱਖਣਾ ਕਿ ਜਦੋਂ ਤੁਹਾਡਾ ਰੋਜ਼ਗਾਰ ਸ਼ੁਰੂ ਹੋਣਾ ਆ ਤੁਸੀਂ ਆਪਣੀ ਕਮਾਈ ਕਰਨੀ ਆ ਇਸ ਸੰਸਥਾ ਨੂੰ ਨਹੀਂ ਭੁੱਲਣਾ ਨੇਕ ਕੰਮ ਵਾਸਤੇ ਸਾਰੇ ਤੱਤਰ ਹੋਈ ਸੰਗਤ ਜਿਹਦੇ ਵਿੱਚ ਸਾਡੇ ਮਾਨਯੋਗ ਸ਼ਹਿਰ ਦੀ ਮਹਾਨ ਹਸਤੀ ਮੈਡਮ ਨੀਤਾ ਸੋਮ ਪ੍ਰਕਾਸ਼ ਜੀ ਉਹਨਾਂ ਦੇ ਨਾਲ ਸਾਬਕਾ ਕੌਂਸਲਰ ਔਰ ਸਾਬਕਾ ਜ਼ਿਲ੍ਹਾ ਪ੍ਰਧਾਨ ਮਹਿਲਾ ਮੋਰਚਾ ਔਰ ਹੋਰ ਇਸ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਜੀ ਔਰ ਸਮੁੱਚੀ ਉਹਨਾਂ ਦੀ ਟੀਮ ਔਰ ਪਿਆਰੇ ਬੱਚੇ ਅੱਜ ਬੜੀ ਖੁਸ਼ੀ ਦੀ ਗੱਲ ਆ ਅਤੇ ਤੁਹਾਡੇ ਫਿਊਚਰ ਵਾਸਤੇ ਅੱਜ ਮੈਡਮ ਖੁਦ ਆਸ਼ੀਰਵਾਦ ਦੇਣ ਵਾਸਤੇ ਆਏ ਔਰ ਧਾਰਮਿਕ ਸਥਾਨ ਤੋਂ ਆਪਾਂ ਆਸ਼ੀਰਵਾਦ ਲੈਣ ਵਾਸਤੇ ਬੈਠੇ ਇਹ ਜਿਹੜਾ ਅਸੀਂ ਕਿੱਤਾ ਸਿੱਖਿਆ ਇਹ ਨੋ ਡਾਊਟ ਤੁਹਾਡੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਤਾਂ ਹੈ ਹੀ ਆ ਪਰ ਮੇਰਾ ਪਿਛਲੇ ਸਮੇਂ ਨਾ ਇੱਕ ਬੜਾ ਐਕਸਪੀਰੀਅੰਸ ਹੋਇਆ ਮੇਰੇ ਪਰਿਵਾਰ ਦੇ ਅੰਦਰ ਕਿਸੇ ਦੀ ਮਿਸ ਆਪਣੀ ਹੋ ਗਈ ਡੈਥ ਹੋ ਗਈ ਅਤੇ ਉਹਦੀ ਜਿਹੜੀ ਮਿਸਿਜ ਸੀ ਉਹਨੂੰ ਇਕੱਲਾਪਨ ਫੀਲ ਹੋਣ ਲੱਗਾ ਅਤੇ ਮੈਂ ਉਹਨੂੰ ਕਿਹਾ ਵੀ ਤੂੰ ਇਕੱਲੀ ਰਹਿੰਦੀ ਹਾਂ ਡਿਪਰੈਸ ਆ ਅਤੇ ਤੂੰ ਸਿਲਾਈ ਕਢਾਈ ਦਾ ਕੰਮ ਕਰ ਲਾ ਕਿਉਂਕਿ ਪੈਸੇ ਦੀ ਚਿੰਤਾ ਨਹੀਂ ਉਹਨੂੰ ਬਟ ਉਹ ਕਹਿੰਦੀ ਮੈਂ ਸਿੱਖਿਆ ਨਹੀਂ ਦੇਖ ਲਓ ਵੀ ਜੇ ਸਿੱਖਿਆ ਹੁੰਦਾ ਅੱਜ ਭਾਵਾਂ ਪੈਸਾ ਉਹਦੇ ਕੋਲ ਹੈ ਪਰ ਉਹ ਆਪਣੇ ਜ਼ਿੰਦਗੀ ਨੂੰ ਗਾਂਹ ਤੋਰਨ ਵਾਸਤੇ ਆਪਣਾ ਫਿਊਚਰ ਚੰਗਾ ਕਰਨ ਵਾਸਤੇ ਉਹਨੂੰ ਕਿੰਨਾ ਲਾਭਦਾਇਕ ਹੋਣਾ ਸੀ ਜ਼ਰੂਰੀ ਨਹੀਂ ਹੈ ਵੀ ਆਪਾਂ ਕਿੱਤਾ ਕੋਈ ਸਿੱਖਦੇ ਹਾਂ ਅਤੇ ਪੈਸੇ ਕਮਾਉਣ ਦਾ ਹੀ ਆਪਣੇ ਕੋਲ ਸਾਧਨ ਆ ਇਹ ਤੁਹਾਡੀ ਜ਼ਿੰਦਗੀ ਨੂੰ ਬਿਜ਼ੀ ਰੱਖਣ ਵਾਸਤੇ ਚੰਗਾ ਰੱਖਣ ਵਾਸਤੇ ਬਹੁਤ ਵੱਡਾ ਇੱਕ ਸਾਧਨ ਬਣਦਾ ਜਿਹਦੇ ਵਾਸਤੇ ਤੁਸੀਂ ਉਪਰਾਲਾ ਕਰ ਰਹੇ ਹੋ ਕਰੀਏ ਗੱਲ ਇਹ ਸਭਾ ਦੇ ਪ੍ਰਾਪਤੀਆਂ ਦੀ ਅਤੇ ਮੈਂ ਸਮਝਦਾ ਵੀ ਜੇ ਮੈਂ ਹੁਣ ਤੋਂ ਗਿਣ ਲੱਗਾ ਤਾਂ ਸ਼ਾਮ ਪੈ ਜਾਣੀ ਹੈ
ਕਿਹੜਾ ਫੀਲਡ ਆ ਜਿਹੜਾ ਇਹਨਾਂ ਨੇ ਛੱਡਿਆ ਪਿਛਲੇ 25-30 ਸਾਲਾਂ, ਚਾਹੇ ਉਹ ਬੱਚਿਆਂ ਦੀ ਪੜ੍ਹਾਈ ਦਾ ਕੰਮ ਹੋਵੇ, ਉਹਨਾਂ ਦੀ ਵਰਦੀਆਂ ਦਾ ਕੰਮ ਹੋਵੇ, ਉਹਨਾਂ ਦੀਆਂ ਸਿਲਾਈਆਂ ਸਿਖਾਉਣ ਦਾ ਕੰਮ ਹੋਵੇ, ਟੇਲਰਿੰਗ ਦਾ ਕੰਮ ਹੋਵੇ, ਬਿਊਟੀ ਪਾਰਲਰ ਦਾ ਕੰਮ ਹੋਵੇ, ਕੰਪਿਊਟਰ ਨਾਲ ਰਿਲੇਟਡ ਕੋਰਸਿਸ ਹੋਣ ਔਰ ਸਮਾਜ ਦੇ ਅੰਦਰ ਵਾਤਾਵਰਨ ਨਾਲ ਰਿਲੇਟਡ ਕੋਰਸਿਸ ਹੋਣ। ਅੱਜ ਕੱਲ੍ਹ ਭਰੂਣ ਹੱਤਿਆ ਦੀ ਗੱਲ ਕੀਤੀ, ਉਹ 'ਤੇ ਬਹੁਤ ਸਾਰੇ ਸੈਮੀਨਾਰ ਕਰਵਾਏ ਆ ਨਹੀਂ, ਖੇਡਾਂ ਕਰਵਾਈਆਂ ਆ ਨਹੀਂ, ਮਤਲਬ ਮੈਂ ਆਪਾਂ ਗਿਣੇ ਨਹੀਂ ਸਕਦੇ ਕਿੰਨੇ ਇਹਨਾਂ ਨੇ ਕੰਮ ਕਰਾਏ ਆ। ਔਰ ਇਹਨਾਂ ਇਹ ਸੰਸਥਾ ਨੂੰ ਆਸ਼ੀਰਵਾਦ ਦੇਣ ਵਾਸਤੇ ਅਸੀਂ ਤਾਂ ਇਹ ਕਹਿੰਦੇ ਹੁੰਦੇ ਹਾਂ ਵੀ ਸਾਨੂੰ ਇੱਕ ਮੰਤਰੀ ਨੇ ਇੱਕ ਮੰਤਰੀ ਫ੍ਰੀ ਮਿਲਿਆ ਆ, ਅਤੇ ਮੰਤਰੀ ਸਾਹਿਬ ਨਹੀਂ ਲੱਭਦੇ, ਅਸੀਂ ਮੈਡਮ ਮੁੱਕਣ ਲਈ ਆ, ਉਹਦੇ ਵਾਸਤੇ ਆਸ਼ੀਰਵਾਦ ਦੇਣ ਵਾਸਤੇ ਸਭਾ ਦੇ ਉੱਪਰ ਮੈਡਮ ਇਸ ਸਭਾ ਦੇ ਉੱਤੇ ਸਦਾ ਆਸ਼ੀਰਵਾਦ ਰੱਖਦੇ ਆ ਔਰ ਇਸ ਸਭਾ ਨਾਲ ਜੁੜੇ ਹੋਏ ਆ। ਸੋ ਅੱਜ ਜ਼ਿਆਦਾ ਗੱਲਾਂ ਨਾ ਕਰਦਾ ਹੋਇਆ ਸਭ ਤੁਹਾਨੂੰ ਇਸ ਜਿਹੜਾ ਨਵਾਂ ਸੈਸ਼ਨ ਚੱਲਣਾ ਔਰ ਪੁਰਾਣੇ ਸੈਸ਼ਨ ਵਾਲੇ ਵਿਦਿਆਰਥੀਆਂ ਨੇ ਇੱਥੋਂ ਸਿੱਖਿਆ ਲੈ ਕੇ ਸਮਾਜ ਦੇ ਅੰਦਰ ਵਿਚਰਨਾ, ਉਹਨੂੰ ਸਭ ਨੂੰ ਵਧਾਈ ਆ ਔਰ ਪਰਮਾਤਮਾ ਅੱਗੇ ਅਰਦਾਸ ਆ ਵੀ ਇੱਦਾਂ ਹੀ ਇਸ ਸਭਾ ਨੂੰ। ਸਾਡੇ ਵਿੱਚ ਅੱਜ ਮੁੱਖ ਮਹਿਮਾਨ ਦੇ ਤੌਰ 'ਤੇ ਮੈਡਮ ਅਨੀਤਾ ਸਿੰਘ ਪ੍ਰਕਾਸ਼ ਜੀ ਔਰ ਉਹਨਾਂ ਦੇ ਨਾਲ ਸਾਡੇ ਅਵਤਾਰ ਸਿੰਘ ਜੀ ਮੰਡ ਕੌਮੀ ਸਕੱਤਰ ਭਾਜਪਾ ਔਰ ਉਹਨਾਂ ਦੇ ਨਾਲ ਜਸਵਿੰਦਰ ਕੌਰ ਜੀ ਸਾਬਕਾ ਐਮ ਸੀ ਔਰ ਟੀਚਰ ਸਾਹਿਬਾਨ ਬੱਚਿਓ ਔਰ ਪ੍ਰਮੁੱਖ ਸ਼ਖਸੀਅਤਾਂ ਦੇ ਵਿੱਚ ਡਾਕਟਰ ਨਰੇਸ਼ ਪੁਰ ਹੈੱਡ ਮਾਸਟਰ ਨਰੇਸ਼ ਪੁਰੀ ਜੀ, ਰਮਨ ਨਹਿਰਾ ਜੀ, ਮੈਡਮ ਅੰਜੂ ਖਰਾਨਾ ਜੀ, ਸੁਧਾ ਬੇਦੀ ਜੀ, ਤਮਾਮ ਮੈਂਬਰ ਸਾਹਿਬਾਨ ਔਰ ਬੱਚਿਓ, ਸਾਰਿਆਂ ਤੋਂ ਪਹਿਲਾਂ ਜੀ ਆਇਆਂ ਵੀ ਧੰਨਵਾਦ ਵੀ। ਅੱਜ ਆਪਾਂ ਸੋ ਸੁਭਾ ਪੰਜਾਬ ਦੇ ਨਾਲ ਜਿਹੜਾ 6 ਮਹੀਨੇ ਦਾ ਕੋਰਸ ਸੀਗਾ ਉਹ ਅਸੀਂ ਪੂਰਾ ਕਰਕੇ ਅੱਜ ਜਿਹੜਾ ਤੁਹਾਨੂੰ ਸਰਟੀਫਿਕੇਟ ਅਤੇ ਸਿਲਾਈ ਮਸ਼ੀਨ ਵਾਲੀ ਜਿਹੜੀ ਆ ਇਸ ਸਮਾਗਮ ਰੱਖਿਆ ਗਿਆ ਹੈ ਔਰ ਅਸੀਂ ਧੰਨਵਾਦ ਵੀ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਕਿ ਤੁਸੀਂ ਹਮੇਸ਼ਾ ਸਾਨੂੰ ਆਸ਼ੀਰਵਾਦ ਰੱਖਦੇ ਹੋ ਔਰ ਹਰ ਵੇਲੇ ਤੁਸੀਂ ਸਾਡੇ ਨਾਲ ਖੜ੍ਹਦੇ ਹੋ ਔਰ ਅਕਸਰ ਦੇਖਿਆ ਹੋਣਾ ਤੁਸੀਂ ਜਦੋਂ ਤੋਂ ਮੰਨ ਲਓ ਅਸੀਂ ਇਹ ਕੋਰਸਾਂ ਦੀ ਲੜੀ ਸ਼ੁਰੂ ਕੀਤੀ ਆ ਤਕਰੀਬਨ 600 ਦੇ ਕਰੀਬ ਅਸੀਂ ਲੜਕੀਆਂ ਜਿਹੜੀਆਂ ਆ ਉਹ ਟ੍ਰੇਨਿੰਗ ਦੇ ਚੁੱਕੇ ਹਾਂ ਔਰ ਉਹਨਾਂ ਤੋਂ ਇਲਾਵਾ ਇਸ ਤਰ੍ਹਾਂ ਹੀ ਸਿਲਾਈ ਮਸ਼ੀਨ ਦਾ ਔਰ ਜੌਬ ਦਾ ਵੀ ਕੀਤਾ। ਇਹ ਸਾਰਿਆਂ ਹੀ ਜਿਹੜਾ ਤੁਹਾਡੇ ਆਸ਼ੀਰਵਾਦ ਸਦਕਾ ਹੀ ਅਸੀਂ ਕਰਦੇ ਹਾਂ। ਜ਼ਿਆਦਾ ਸਮਾਂ ਕਿਉਂਕਿ ਮੈਡਮ ਸਾਡੇ ਘਰਦੇ ਨੇ, ਮਾਂ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਵੀ ਕੀ ਤਕਲੀਫ ਆ ਜਾਂ ਦੁੱਖ ਆ, ਉਹ ਆਪੇ ਹੀ ਸਮਝ ਆਉਂਦੀ ਵੀ ਬੱਚੇ ਨੂੰ ਕੀ ਦੁੱਖ ਜਾਂ ਤਕਲੀਫ ਆ। ਹੁਣ ਆਪਾਂ ਸਾਰਿਆਂ ਨੇ ਰਲ ਕੇ ਜਿਹੜਾ ਮੈਂ ਵੱਡੀ ਹੈ ਤੁਹਾਨੂੰ ਅਪੀਲ ਕਰਨੀ ਆ ਵੀ 22 ਅਕਤੂਬਰ ਦਾ ਸਾਡੇ ਸਾਲ ਦੀ ਜਿਹੜੀ ਆ ਹਰ ਸਾਲਾਨਾ ਜਿਹੜਾ ਪ੍ਰੋਗਰਾਮ ਸਾਡਾ ਬੜਾ ਵੱਡਾ ਕੰਨਿਆਦਾਨ ਦਾ ਮਹਾਂਕੁੰਭ ਆ ਉਹਦੇ ਵਿੱਚ ਸਾਰਿਆਂ ਨੇ ਸ਼ਮੂਲੀਅਤ ਕਰਨੀ ਆ ਔਰ ਨਾਲ ਜਿੰਨੇ ਵੀ ਸ਼ਹਿਰ ਵਾਸੀ ਆ ਸਾਰਿਆਂ ਨੂੰ ਅਸੀਂ ਅਪੀਲ ਕਰਾਂਗੇ ਤੁਸੀਂ ਵੱਧ ਤੋਂ ਵੱਧ ਸਾਡਾ ਸਹਿਯੋਗ ਕਰੋ ਔਰ ਅਸੀਂ ਬੜੀ ਮਿਹਨਤ ਕੀਤੀ ਆ ਇਸ ਸਮੇਂ ਮੇਰੇ ਹਿਸਾਬ ਨਾਲ ਇਹਨਾਂ ਨੇ 250 ਪਿੰਡ ਜਿਹੜਾ ਆ ਇੰਨੀ ਗਰਮੀ ਦੇ ਵਿੱਚ ਔਰ ਸਾਡੇ ਮੈਂਬਰਾਂ ਨੇ ਘੁੰਮਿਆ ਆ ਔਰ ਉਹਦੀ ਮਿਹਨਤ ਵੀ ਰੰਗ ਲਾਈ ਆ। ਨਹੀਂ ਤਾਂ ਅੱਗੇ ਕੀ ਹੁੰਦਾ ਸੀਗਾ ਮੈਡਮ ਅਸੀਂ ਕਹਿ ਲੈਣਾ ਵੀ ਨਹਿਰਾ ਸਾਹਿਬ ਦੇਖਿਓ ਕੋਈ ਕੇਸ ਹੋਇਆ ਜਾਂ ਡਾਕਟਰ ਸਾਹਿਬ ਕੋਈ ਦੇਖਿਓ ਕੇਸ ਹੋਇਆ ਅਤੇ ਉਹਦੇ ਵਿੱਚ ਕੀ ਹੁੰਦਾ ਸੀਗਾ ਵੀ ਡਾਕਟਰ ਸਾਹਿਬ ਦੇਖਣ ਜਾਂ ਕੋਹਲੀ ਸਾਹਿਬ ਦੇਖਣ ਜਾਂ ਨਾ ਦੇਖਣ ਅਤੇ ਆਉਂਦਾ ਵੀ ਬਹੁਤ ਘੱਟ ਕੇਸ ਸੀਗੇ ਕਰੋਨਾ ਕਰਕੇ ਗਏ ਵੀ ਨਹੀਂ ਪਿਛਲੇ ਸਮੇਂ ਦੇ ਵਿੱਚ। ਪਰ ਹੁਣ ਅਸੀਂ ਬੜੀ ਮਿਹਨਤ ਕੀਤੀ ਆ ਕਿੱਥੇ ਉਹ ਜਗਰਾਓ ਹਾਂ ਕਿੱਥੇ ਅਸੀਂ ਹੁਸ਼ਿਆਰਪੁਰ ਦਾ ਏਰੀਆ ਜਿਹੜਾ ਟੱਪ ਗਏ ਹਾਂ ਔਰ ਇੱਧਰੋਂ ਨਵਾਂਸ਼ਹਿਰ ਦਾ ਏਰੀਆ ਟੱਚ ਕੀਤਾ ਇੱਧਰ ਆ ਜਿਹੜਾ ਚੰਡੀਪੀਰ ਤੋਂ ਲੈ ਕੇ ਲੁਧਿਆਣੇ ਦੇ ਲਾਗੇ ਲਾਗੇ ਜਿਹੜੇ ਪਿੰਡ ਆ ਉਹ ਵੀ ਕਵਰ ਕੀਤੇ ਨੇ ਔਰ ਚਾਵਾ 'ਚ ਮੈਂ ਆਪਣੇ ਮੈਂਬਰਾਂ ਨੂੰ ਦਿੰਦਾ ਹਾਂ ਕਿਉਂਕਿ ਇਹਨਾਂ ਨੇ ਬੜੀ ਮਿਹਨਤ ਕੀਤੀ ਆ ਔਰ ਵੱਧ ਜਿਹੜਾ ਸਾਨੂੰ ਸਹਿਯੋਗ ਆ ਉਹ ਤੁਹਾਡਾ ਵਜੋਂ ਕੀ ਕਰਨੇ ਆ ਡੇਲੀ ਅਸੀਂ ਤੁਸੀਂ ਅਪਡੇਟ ਦੇਖਦੇ ਹੋਣੇ ਆ ਫੇਸਬੁੱਕ 'ਤੇ ਲੈ ਲਈਏ ਜਿੰਨੇ ਵੀ ਸੋਸ਼ਲ ਹੈਂਡਲ ਆ ਸਾਰਿਆਂ ਦੇ ਉੱਤੇ ਤੁਸੀਂ ਰੂਟੀਨ ਦੇ ਵਿੱਚ ਕਈ ਵਾਰੀ ਤਾਂ ਬੰਦਾ ਕੋਈ ਦੁਖੀ ਹੋ ਜਾਂਦਾ ਯਾਰ ਇਹ ਵਾਰ ਵਾਰ ਹੀ ਸਿੱਧੀ ਜਾਂਦੇ ਭਾਈ ਮੇਰੇ ਤੋਂ ਤਾਂ ਇੰਨੇ ਪੈਸੇ ਵੀ ਹੈ ਨਹੀਂ ਕਿਵੇਂ ਵੀ ਕੀ ਕਹਿੰਦੇ ਹੁੰਦੇ ਆ ਕੈਸ਼ ਕਾਰਡ ਲੈਣ ਲਈ ਉਹ ਵਿਚਾਰਾ ਰੋਡ ਵੀ ਨਹੀਂ ਕਰਦਾ ਕਈ ਵਾਰ ਉਹਦੇ ਦੇਖ ਕੇ ਲਗਾ ਦਿੰਦਾ ਪਰ ਫਿਰ ਵੀ ਬੜਾ ਸਹਿਯੋਗ ਹੈ ਤੁਹਾਡਾ ਸਾਰਿਆਂ ਦਾ ਇਸ ਕਰਕੇ ਅਸੀਂ ਕਾਮਯਾਬ ਹਾਂ। ਫੇਸਬੁੱਕ 'ਤੇ ਤੁਸੀਂ ਦੇਖ ਲਓ ਜਾਂ ਹੋਰ ਵੀ ਜਿਹੜਾ ਚੈਨਲ ਔਰ ਉਹਨਾਂ ਦੇ ਨਾਲ ਲੋਕ ਵੀ ਜੁੜਦੇ ਆ ਤੁਹਾਡੇ ਨਾਲ ਲੋਕ ਜੁੜਦੇ ਆ ਜਿਹੜੇ ਵਿਆਹ ਦੇ ਕੇਸ ਵੀ ਮੈਂ ਦੇਖਿਆ ਵੀ ਚਾਹੇ ਉਹ ਬਿਆਸ ਦਾ ਏਰੀਆ ਸੀਗਾ ਬੜੇ ਫੋਨ ਆਏ ਜੀ ਪਰ ਇੱਕ ਮਤਲਬ ਇੱਕ ਕਮੀ ਵੀ ਆ ਤਰਾਸਦੀ ਵੀ ਆ
भी जिन्ने फोन आए सिर्फ तो सिर्फ मुंडिया के आए, लड़की का कोई फोन नहीं आया। कारण कि जोड़ा वो अपना गैप आ लड़के तो लड़की वाला, वो बड़ा कारण आ आने वाले समय से प्रॉब्लम आएगी, क्योंकि जिन्हें भी फोन आए हरेक ने यह कहा भी यार कोई लड़की दस्यो, साढ़े इन्ने साल का मुंडा आ। अज तक मैंने किसी ने नहीं कहा भी कोई लड़का दस्यो। कोई समा सगा असं कहते यार कोई लड़का दसो यार, पर नहीं समा उल्ट हो गया और ये जो गैप है जो वादा गया तो आने वाला समा बड़ा भयानक होगा। इस करके अभी इतने भी काम करा जो वाली गल जो समाजिक रीतियाँ हैं ज़्यादा समय लेना धनबाद है तुम सारे जाना हो, क्योंकि मैं हम दस की जैरा साहब मास्टर जी सारे बैठे हो सारे ही असी सोशल वर्कर हैं, सेवा करते हैं समाज की किसी के किसी तरीके भी, हर एक का अपना एक ढंग है। सर्व नौजवान सभा बहुत सारे काम करती है समाज के लिए, बेटिया के लिए, और बेटिया भी एन कट्ठिया हो के जो भी कितने जाना भी होंगे तो नाल जांदियां है, किसी को भी कोई इनविटेशन देना है या कुछ है, बड़ा अच्छा लगता है उसे जो तुम सारे आके मिलते हो, प्यार अंदरों आता है कि ये बेटियां हैं साड़ियां। काम हाथ का हुनर हर बच्चे दे कोल होना चाहिए है, तुसी सीख के चले हो, काम कोई भी छोटा जा वड्डा नहीं हुंदा, तुसी जेड़ा सीख के चले हो नाल मशीना भी मिल रही हैं, थोड़ा काम तो बहुत वड्डा है, तुसी इहनू जिन्ना मर्जी वड्डा कर लो, जिन्ना मर्जी वधा लो जाके, तुसी होर भी चार जणियां नू रुजगार देण जोगे हो गए, वो थोड़े कोलों आके सीखूंगे। सो ये काम जरूर करना है, ये भी एक सोशल वर्किंग होंगे जिहड़ा तुसी अगे किसी नू काम देना है आप सिखा देना है, इत्थे तक तुसी सीखना ही है, बच्चियां ने सीखते ही आ, क्योंकि इन्हें तो एक संस्था के तौर पर है, पर जो आप कर लेना जो अपने अंदर दियां भावनावां नाल असी काम करना किसी नू सिखाना वो तुसी देखियो खुशी किन्नी दिंदा मन नू, बहुत खुशी होंदी है कि असी भी किसी नू कुछ दे सकीए। मैं यही थोड़े तो आस करूँगी बेटिया काम के नाल घर का घरेलू काम करना भी बहुत जरूरी आना चाहिए है, जे तुसी अपने परिवार को खुश रखना है वो भी जरूर सीखियो, ताकि ये ना लगे कि किता तो थोड़े हाथ च आ गया पर दूसरा किता जिहड़ा वो छुट गया जिहदे नाल घर आबाद रहिंदे आ। बहुत सारे परिवार है मैं देखिया पढ़े लिखे परिवार है इस करके टुट जाते हैं कि लड़कियां आंदा ही कुछ नहीं आता, कोई जेड़े मर्जी अहदे ते पहुँचवे जिनी देर थानू अपना घर संभालना नहीं आता उन्नी देर जीवन कामयाबी नहीं है, थोड़े जीवन खुशहाली नहीं होगी। जिन्ना मर्जी पैसा कमा लो वो किसी आप नहीं आना, वो जरूर सीखना है। ये मैं हर बेटी को अपील करती हाँ, क्योंकि मैं अपन अखा देखती हाँ कन्ना ना सुनती हाँ कि किस करके डिवोर्स दर बढ़ रही है, इन्नी ज़्यादा बच्चों सहनशीलता जी घट रही है, कोई इन्नी भी गल कह दिता तो कहते जी मैं तो रहना ही नहीं है, मतलब कि गल कर मौका भी नहीं देंगे, नहीं जी मैं तो मैं तो डिवोर्स ही चाहिए, ये गल् नहीं होनिया चाहिए, बैठ के हर गल सुलझाया जा सकता है। सो तुसी बच्चे हो बेटियां हो इस करके मैनू यह एक माँ होने के नाते अधिकार है कि मैं थोड़ी ये गल जरूर दसा, इन बच्चों की अगे जाके मैरिज होनी है बहुत जरूरी गल्ला होंगे जिहड़ियां माँ बाप ने अपने बच्चों को सिखाणिया हो, और बच्चों भी वह गल् अपना चाहिए आ। कई तो कह देंगे चलो सुन लिया भाषण सी तो चलो छोड़ो, पर नहीं उन्होंने छड़ना नहीं है, इसी करके मैं बहुत सीधे तरीके हर एक गल कहनी हूँ कि यह प्रॉब्लम समाज के बीच हैगी है, उन्होंने असी खत्म करना है, प्रण करो कि असी नशे खत्म करना, थोड़े गुआढ़ च कोई बच्चा नशा कर रहा है उन्होंने आप कि हटा है, उन्होंने पहले तो यह सिखाओ कि उनके पेरेंट्स को लुको के ना रखो कि थोड़ा बच्चा नशा करता है, जे लुकोगे तो उन्ना वधूगा, जे दो दिन करते होगे तो दस दिन होजूंगे उन्होंने आदत बढ़ जूगी। सो ये काम भी तुम कर सकते हो, मैनू हर गल से यह लगता रहता है
कि लेडीज जिहड़ियां आ उह ज़्यादा कर सकदियां इन्हां मुद्दियां ते जो कम है वह ज़्यादा मेहनत कर सकदियां इहदे च समाज नूं सुधारन दे विच। सो तुसीं ये कम जरूर करो, नशियां विरोधी भी एक मुहिम चलाओ। मैं पिंडां च जाके भी लेडीज़ नूं कहिंदी हुंदी आ कि उन्ना कम जेंट्स तो नहीं होना जिन्ना तुसी कर लेना, तुसी अगे लगो, अपने अपने पिंड का सुधार आप करना पैना है। कोई आके जिहड़ा आके असी कह जाइदा आ, असी कितनी वारी आवांगे, दो वारी आ जाएंगे, चार वारी आ, पर जो रूटीन है वो उठी रहिंदा, बंदे कर सकदा रूटीन च। ये गल्लां तुसी भी अगे जाके सिखाओ सारिआं नूं कि नहीं आपां इदां करिए ते साडे पिंड का सुधार होऊगा, साडे शहर का, साडे महल्ले का सुधार होऊगा। ये जरूरी है। तुसी अज इत्थों कोर्स पूरा करके जा रहे हो, थानू बहुत बहुत मुबारक। परमात्मा थानू अपने जीवन च कामयाबी देवे, खुशहाली देवे, और सर्व नौजवान सभा जिहड़ी है ये होर भी समाज के लिए अच्छे काम करे, यही परमात्मा की अरदास है। थोड़ा सारिआं दा बहुत बहुत धन्नवाद करदा है कि अरविंद जी बुला लिया, आया वो मैं कुछ नहीं है।